أعوذ بالله من الشيطان الرجيم. بسم الله الرحمن الرحيم. ضرور نحال ہوئے ایمان والے او جڑے اپنی نماز وچ عاجزی کرن والے نے تے او جڑے نکمی گل تو منہ پھیرن والے نے تے او جڑے زکات دیندے ہوندے نے تے او جڑے اپنے نگیزاں دی راکھی کرن والے نے پر اپنی بیویاں تو یا اپنے ہتھاں دے مال تو ਸੋ ਜ਼ਰੂਰ ਉਹਨਾਂ ਨੂੰ ਨਹੀਂ ਕੁਝ ਉਲਾਮਾ ਮਿਲਣਾ। ਫਿਰ ਜਿਹਨੇ ਢੂੰਡਿਆ ਸਵਾ ਇਸ ਦੇ ਸੋ ਉਹ ਹੀ ਨੇ ਹੱਦੋਂ ਲੰਘਣ ਵਾਲੇ ਅਤੇ ਉਹ ਜਿਹੜੇ ਆਪਣੀਆਂ ਅਮਾਨਤਾਂ ਅਤੇ ਆਪਣੇ ਇਕਰਾਰ ਦੀ ਖਬਰ ਰੱਖਦੇ ਨੇ ਅਤੇ ਉਹ ਜਿਹੜੇ ਆਪਣੀਆਂ ਨਮਾਜ਼ਾਂ ਦੀ ਨਿਗਰਾਨੀ ਕਰਦੇ ਨੇ ਉਹ ਹੀ ਨੇ ਵਰਸਾ ਲੈਣ ਵਾਲੇ। ਜਿਹਨਾਂ ਵਰਸਾ ਲੈਣਾ ਹੈ ਚੰਗਾ ਬਹਿਸ਼ਤ ਉਹਨਾਂ ਉੱਥੇ ਸਦਾ ਰਹਿਣਾ ਹੈ। ਅਤੇ ਜ਼ਰੂਰ ਬਣਾਇਆ ਅਸਾਂ ਆਦਮੀ ਚੋਣਵੀਂ ਮਿੱਟੀ ਦਾ ਫਿਰ ਬਣਾ ਰੱਖਿਆ ਅਸਾਂ ਉਹਨੂੰ ਮਨੀ ਦੀ ਬੂੰਦ ਇੱਕ ਪੱਕੇ ਠਹਿਰਨ ਦੇ ਥਾਂ ਵਿੱਚ ਫਿਰ ਬਣਾ ਦਿੱਤੀ ਅਸਾਂ ਉਸ ਬੂੰਦ ਦੀ ਲਹੂ ਦੀ ਫੁਟਕੀ ਫਿਰ ਬਣਾ ਦਿੱਤੀ ਅਸਾਂ ਉਸ ਫੁਟਕੀ ਦੀ ਗੋਸ਼ਤ ਦੀ ਬੋਟੀ ਫਿਰ ਬਣਾ ਦਿੱਤੀਆਂ ਅਸਾਂ ਉਸ ਬੋਟੀ ਦੀਆਂ ਹੱਡੀਆਂ ਫਿਰ ਪਹਿਨਾਇਆ ਅਸਾਂ ਉਹਨਾਂ ਹੱਡੀਆਂ ਨੂੰ ਗੋਸ਼ਤ ਫਿਰ ਪੈਦਾ ਕੀਤਾ ਅਸਾਂ ਉਹਨੂੰ ਹੋਰ ਪੈਦਾਇਸ਼ ਵਿੱਚ। ਸੋ ਬੜਾ ਬਰਕਤ ਵਾਲਾ ਹੈ ਅੱਲਾਹ ਸਭ ਪੈਦਾ ਕਰਨ ਵਾਲਿਆਂ ਤੋਂ ਸੋਹਣਾ ਪੈਦਾ ਕਰਨ ਵਾਲਾ। ਫਿਰ ਜ਼ਰੂਰ ਤੁਸਾਂ ਇਹਦੋਂ ਪਿੱਛੇ ਮਰਨਾ ਹੈ ਫਿਰ ਜ਼ਰੂਰ ਤੁਸਾਂ ਦਿਨ ਕਿਆਮਤ ਦੇ ਉੱਠਣਾ ਹੈ ਅਤੇ ਜ਼ਰੂਰ ਪੈਦਾ ਕੀਤੇ ਨੇ ਅਸਾਂ ਉੱਤੇ ਤੁਹਾਡੇ ਸੱਤ ਅਸਮਾਨ ਅਤੇ ਨਹੀਂ ਹਾਂ ਅਸੀਂ ਤਖਲੀਕ ਤੋਂ ਬੇਖਬਰ ਅਤੇ ਉਤਾਰਿਆ ਅਸਾਂ ਅਸਮਾਨੋਂ ਪਾਣੀ ਅੰਦਾਜ਼ੇ ਨਾਲ ਫਿਰ ਠਹਿਰਾ ਦਿੱਤਾ ਅਸਾਂ ਉਸ ਨੂੰ ਜ਼ਮੀਨ ਵਿੱਚ ਅਤੇ ਸਾਡਾ ਉਸ ਦੇ ਗਾਇਬ ਕਰਨੇ ਉੱਤੇ ਵੀ ਜ਼ਰੂਰ ਵਸ ਚੱਲਦਾ ਹੈ। ਫਿਰ ਉਗਾ ਦਿੱਤੇ ਅਸਾਂ ਤੁਹਾਨੂੰ ਉਸ ਨਾਲ ਬਾਗ ਖਜੂਰਾਂ ਅਤੇ ਅੰਗੂਰਾਂ ਦੇ ਤੁਸਾਂ ਲਈ ਉਹਨਾਂ ਬਾਗਾਂ ਵਿੱਚ ਮੇਵੇ ਨੇ ਬਹੁਤ ਅਤੇ ਉਹਨਾਂ ਵਿੱਚੋਂ ਖਾਂਦੇ ਹੋ ਅਤੇ ਦਰਖਤ ਜੋ ਨਿਕਲਦਾ ਹੈ ਸੀਨਾ ਪਹਾੜ ਵਿੱਚੋਂ ਲੈ ਕੇ ਉੱਗਦਾ ਹੈ ਤੇਲ ਅਤੇ ਸਾਲਨ ਵੀ ਖਾਣੇ ਵਾਲਿਆਂ ਵਾਸਤੇ। ਜ਼ਰੂਰ ਤੁਸਾਂ ਲਈ ਚੋਖਰਾਂ ਵਿੱਚ ਵੀ ਕਿਆਸ ਕਰਨ ਦਾ ਥਾਂ ਹੈ। ਅਸੀਂ ਪਿਆਨੇ ਹਾਂ ਤੁਹਾਨੂੰ ਉਸ ਚੀਜ਼ ਵਿੱਚੋਂ ਜੋ ਉਹਨਾਂ ਦੇ ਢਿੱਡ ਵਿੱਚ ਹੈ ਅਤੇ ਤੁਹਾਡੇ ਉਹਨਾਂ ਵਿੱਚ ਫਾਇਦੇ ਨੇ ਬਹੁਤ ਅਤੇ ਇਕਨਾਂ ਨੂੰ ਉਹਨਾਂ ਵਿੱਚੋਂ ਖਾਂਦੇ ਹੋ ਅਤੇ ਉਹਨਾਂ ਉੱਤੇ ਅਤੇ ਬੇੜੀਆਂ ਉੱਤੇ ਚੜ੍ਹਦੇ ਹੋ ਅਤੇ ਜ਼ਰੂਰ ਭੇਜਿਆ ਅਸਾਂ ਨੂੰਹ ਨੂੰ ਉਹਦੀ ਕੌਮ ਵੱਲ ਫਿਰ ਆਖਿਓ ਸੂ ਇਹ ਮੇਰੀ ਕੌਮ ਪੂਜੋ ਅੱਲਾਹ ਨੂੰ ਨਹੀਂ ਤੁਹਾਡਾ ਕੋਈ ਮਾਬੂਦ ਸਵਾ ਉਹਦੇ ਕਿਉਂ ਫਿਰ ਬਚਦੇ ਨਹੀਂ ਹੋ। ਤਦ ਆਖਿਆ ਸਰਦਾਰਾਂ ਨੇ ਜਿਹੜੇ ਬੇਈਮਾਨ ਹੋਏ ਉਹਦੀ ਕੌਮ ਵਿੱਚੋਂ ਨਹੀਂ ਇਹ ਸ਼ਖਸ ਪਰ ਇੱਕ ਆਦਮੀ ਤੁਸਾਂ ਜਿਹਾ ਚਾਹੁੰਦਾ ਹੈ ਜੋ ਸਰਦਾਰੀ ਬਣਾਏ ਤੁਸਾਂ ਉੱਤੇ ਅਤੇ ਜੇ ਚਾਹੁੰਦਾ ਅੱਲਾਹ ਤਾਂ ਉਤਾਰਦਾ ਫਰਿਸ਼ਤੇ। ਨਹੀਂ ਸੁਣੀ ਅਸਾਂ ਇਹ ਗੱਲ ਪਿਓ ਦਾਦਿਆਂ ਆਪਣਿਆਂ ਅਗਲਿਆਂ ਵਿੱਚ ਨਹੀਂ ਉਹ ਸ਼ਖਸ ਪਰ ਇੱਕ ਮਰਦ ਜਿਸ ਨੂੰ ਕੁਛ ਸੌਦਾ ਹੈ ਸੋ ਉਲੀਕੋ ਉਹਨੂੰ ਇੱਕ ਵਕਤ ਤੀਕ ਸ਼ਾਇਦ ਵੱਲ ਹੋ ਜਾਏ। ਆਖਿਓ ਸੂ ਮੇਰੇ ਰੱਬਾ ਮਦਦ ਕਰ ਮੇਰੀ ਇਸ ਸਬਬੋਂ ਜੇ ਮੈਂ ਉਹਨੂੰ ਚੁਫਲਾਇਆ ਨੇ। ਫਿਰ ਹੁਕਮ ਭੇਜਿਆ ਅਸਾਂ ਉਹਦੇ ਵੱਲ ਭਾਈ ਬਣਾ ਬੇੜੀ ਸਾਡੀਆਂ ਅੱਖਾਂ ਦੇ ਸਾਹਮਣੇ ਅਤੇ ਸਾਡੇ ਹੁਕਮ ਨਾਲ। ਫਿਰ ਜਦ ਆਇਆ ਹੁਕਮ ਸਾਡਾ ਅਤੇ ਉਬਲਿਆ ਤੰਦੂਰ ਤਦ ਪਾ ਲਿਆ ਉਸ ਵਿੱਚ ਹਰ ਜੂਨ ਦਾ ਜੋੜਾ ਨਰ ਮਾਦਾ ਅਤੇ ਟੱਬਰ ਆਪਣਾ ਪਰ ਜਿਸ ਦੇ ਖਿਲਾਫ਼ ਪਹਿਲੇ ਪੈ ਚੁੱਕੀ ਹੈ ਗੱਲ ਉਹਨਾਂ ਵਿੱਚੋਂ ਅਤੇ ਨਾ ਬੋਲੀ ਮੇਰੇ ਨਾਲ ਜ਼ਾਲਮਾਂ ਵਾਸਤੇ ਜ਼ਰੂਰ ਉਹਨਾਂ ਡੁੱਬ ਜਾਣਾ ਹੈ। ਫਿਰ ਜਦ ਚੜ੍ਹ ਚੁੱਕੇ ਤੂੰ ਅਤੇ ਜਿਹੜਾ ਤੇਰੇ ਨਾਲ ਦਾ ਹੈ ਬੇੜੀ ਉੱਤੇ ਤਾਂ ਆਖ ਸਭ ਸੋਭਾ ਅੱਲਾ ਹੀ ਦੀ ਏ ਜਿਨ ਬਚਾਇਆ ਸਾਨੂੰ ਜ਼ਾਲਮਾਂ ਲੋਕਾਂ ਤੋਂ। ਆਖ ਮੇਰੇ ਰੱਬਾ ਉਤਾਰ ਮੈਨੂੰ ਉਤਾਰਨ ਦੇ ਥਾਂ ਬਰਕਤ ਵਾਲੇ ਅਤੇ ਤੂੰ ਇਹ ਚੰਗਾ ਉਤਾਰਨ ਵਾਲਿਆਂ ਦਾ। ਜ਼ਰੂਰ ਇਸ ਵਿੱਚ ਨੇ ਪਤੇ ਅਤੇ ਜ਼ਰੂਰ ਅਸੀਂ ਅਜ਼ਮਾਉਂਦੇ ਰਹਿੰਦੇ ਹਾਂ। ਪੈਦਾ ਕੀਤੀਆਂ ਅਸਾਂ ਪਿੱਛੇ ਉਹਨਾਂ ਦੇ ਹੋਰ ਸੰਗਤ ਫਿਰ ਭੇਜਿਆ ਅਸਾਂ ਉਹਨਾਂ ਵਿੱਚ ਪੈਗੰਬਰ ਉਹਨਾਂ ਵਿੱਚੋਂ ਭਾਈ ਪੂਜੋ ਅੱਲਾਹ ਨੂੰ ਨਹੀਂ ਤੁਹਾਡਾ ਕੋਈ ਮਾਬੂਦ ਸਵਾ ਉਹਦੇ ਕਿਉਂ ਫਿਰ ਬਚਦੇ ਨਹੀਂ ਹੋ। ਸਰਦਾਰਾਂ ਨੇ ਉਹਦੀ ਕੌਮ ਵਿੱਚੋਂ ਜਿਹੜੇ ਬੇਈਮਾਨ ਹੋਏ ਅਤੇ ਚੁਠਲਾਈਓ ਨੇ ਮਿਲਣਾ ਆਖਰਤ ਦਾ ਅਤੇ ਆਸੂਦਗੀ ਦਿੱਤੀ ਸੀ ਅਸਾਂ ਉਹਨਾਂ ਨੂੰ ਦੁਨੀਆਂ ਦੇ ਜੂਣੇ ਵਿੱਚ ਆਖਿਓ ਨੇ ਨਹੀਂ ਇਹ ਸ਼ਖਸ ਪਰ ਆਦਮੀ ਤੁਸਾਂ ਜਿਹਾ ਖਾਂਦਾ ਹੈ ਜਿਸ ਤਰ੍ਹਾਂ ਤੁਸੀਂ ਖਾਂਦੇ ਹੋ ਅਤੇ ਪੀਂਦਾ ਹੈ ਜਿਸ ਤਰ੍ਹਾਂ ਤੁਸੀਂ ਪੀਂਦੇ ਹੋ ਅਤੇ ਜੇ ਤੁਸੀਂ ਆਖੇ ਲੱਗ ਗਏ ਹੋ ਆਪਣੇ ਬਰਾਬਰ ਦੇ ਇੱਕ ਆਦਮੀ ਦੇ ਜ਼ਰੂਰ ਤੁਸਾਂ ਤਦ ਘਾਟਾ ਪਾਉਣ ਵਾਲੇ ਹੋ। ਭਲਾ ਇਤਲਾਹ ਦਿੰਦਾ ਹੈ ਤੁਹਾਨੂੰ ਜੋ ਜ਼ਰੂਰ ਤੁਸੀਂ ਜਦ ਮਰ ਚੁੱਕੋਗੇ ਅਤੇ ਹੋ ਜਾਓਗੇ ਖਾਕ ਅਤੇ ਹੱਡੀਆਂ ਭਾਈ ਤੁਸੀਂ ਕੱਢੇ ਜਾਓਗੇ ਕਬਰਾਂ ਵਿੱਚੋਂ। ਦੂਰ ਹੈ ਜੋ ਤੁਹਾਨੂੰ ਵਾਅਦਾ ਮਿਲਦਾ ਹੈ। ਕੋਈ ਜਿਉਣਾ ਨਹੀਂ ਪਰ ਜਿਉਣਾ ਸਾਡਾ ਦੁਨੀਆਂ ਦਾ ਮਰਨੇ ਅਸੀਂ ਅਤੇ ਜਿਉਣੇ ਅਸੀਂ ਇੱਥੇ ਹੀ।
تے نہیں اسا اٹھایا جانا نہیں اے شخص پر ایک مرد جوڑ لیا سو اللہ دے نام اتے جھوٹ کہ اسا نہیں اونوں مننا آکھیو سو میرا ربا مدد کر میری اس سببوں جو مانو چٹھلایا نے فرمایا تھوڑی چیر نو ضرور ہو جان گے پچھے مان پھر پھڑیا انہاں نو چیک نے ٹھیک طرح نال پھر کر دیتا سا انہاں نو کچرا سو دور ہون لوک ظالم پھر پیدا کیتیاں اسا پچھے انہاں دے ہور سنگتاں نہیں اگے بعد دی کوئی امت اپنے وقت دے تے نہ پچھے رہندی اے پھر بھیجے اسا پیغمبر اپنے اتوں دتی جس واری آیا کسی امت کول پیغمبر اس دا چٹھلایو نے اونوں پھر مگر توریا اسا ایک قوم نو ایک قوم دے تے کر دتا اسا انہاں نو کہانیاں سو دور ہون لوک جڑے نہیں ماندے پھر بھیجیا اسا موسیٰ تے پائی او دے ہارون نو اپنی نشانیاں تے صاف دلیل دے کے فرعون تے او دے سرداراں وال پھر غرور کیتو نے تے او لوک سن اونچائی والے آکھیو نے بھلا مان لئیے اسی دو آدمیاں اپنے برابر دیاں نو نالے انہاں دی برادری ساڈے ٹلیے نے چٹھلایو نے دوواں نو پھر ہو گئے برباد ہویا ہویا وچوں تے ضرور دتی اسا موسیٰ نو کتاب شاید او راہ پی جان تے بنا دتا اسا مریم دے پتر تے او دی ماں نو نشانے تے جگہ دتی اسا دوواں نو اک ٹبے اتے جو ٹھہرنے دا تھاں سی تے وگدے پانی دا اے پیغمبرو کھاؤ پاک چیزاں وچوں تے کرو نیک کم ضرور میں جاننا جو کر دیو ضرور اے امت تہاڈی اکو امت ہے تے میں ہاں رب تہاڈا سو ڈرو میتھوں پھر فٹ پا کے کر لیا امتاں نے آپے وچ کم اپنا ٹکڑے ٹکڑے ہر ٹولا اس گل اتے جو انہاں دے کول ہے ریج رہے نے سو چھڑ دے انہاں نوں انہاں دی بے صورتی وچ ایک وقت تک پلا گمان کردے نے پئی جو دیندے جانے اسی انہاں نوں مال تے پتر دوڑنے اسی گویا انہاں لئی پلیائیاں کرن وچ سگو نہیں سمجھدے اصل معاملہ پلیائیاں پان والے او نے جڑے اپنے رب دے خوف نال ضرور ڈردے رہندے نے تے او جڑے اپنے رب دیاں گلاں مندے نے او جڑے اپنے رب نال کسے نوں برابر نہیں کردے تے جڑے دیندے نے جو کچھ بھی دیندے نے نالے دل انہاں دے کم دے نے پئی ضرور انہاں اپنے رب وال مڑ کے جانا ہے ضرور اوہ دوڑدے نے نیکیاں کرن وچ تے اوہ نے نیکیاں وچ موری تے نہیں کم دس دے اسی کسے نوں پر او دے مقدور سر تے ساڈے کول کتاب ہے جو بول دی ہے سچ تے انہاں اُتے ظلم نہیں کیتا جائے گا اگوں دل انہاں دے بے سرتی وچ نے اس توں تے انہاں دے کرتب نہیں سوا اس دے نہ منن دے انہاں اے کرتوت کردیاں ٹری جانا ہے ایتھوں تیک جو جد پکڑاں گے اسی موجاں مانن والیاں انہاں دے نوں عذاب نال تدوں ہی او چیکاں مارن گے نہ چیکا مارو اج ضرور تہانوں اساں ولوں مدد نہیں ملنی ضرور میریاں آیتاں پڑھیاں جاندیاں سن تساں اگے پھر تسی اپنے پچھلی پیری مڑ جاندے سو وڈیائی کردے ہوئے اونوں راتیں کہانیاں پان والا جان کے چھڈ جاندے سو کیوں پھر سوچ نہیں کیتی نے اس کلام وچ یا آئی اے انہاں کول اجئی گل جڑی نہیں آئی سی انہاں دے اگلیاں کول یا پچھاتا نہیں نے اپنے پیغمبر نو تاں او اس نو اوپرا سمجھدے نے یا آخدے نے انہوں سودا ہے نہیں سگوں لیا ہے انہاں کول سچی گل کہ بہتے انہاں دے سچ نو ہی برا جاندے نے تے جے تردا خدا سچا انہاں دی چاہ اتے تاں خراب ہو جاندا نظام آسمان تے زمین دا تے جڑا وچ ہے انہاں دے سگوں لیاندی اساں انہاں کول نصیحت انہاں لئی پھر او پلائی دی نصیحتوں منہ موڑ دے نے تو منگنا تے نہیں ہے انہاں تو مزدوری سو تیرے رب دی دتی مزدوری چنگی ہے تے او چنگا ہے سب روزی دین والیاں تو تے ضرور تو سدنا ہے انہاں نوں سیدھے راہ کول تے جڑے نہیں مندے آخرت نوں ضرور راہ پول گئے نے جے مہر کر دے اسی انہاں اتے تے دور کر دیں دے جو انہاں نوں دکھ ہے اج کل ਤਾਂ ਅੜੀ ਕਰਦੇ ਆਪਣੇ ਹੱਥੋਂ ਟੱਪਣੇ ਵਿੱਚ ਬੈਠ ਕੇ ਤੇ ਜ਼ਰੂਰ ਅਸਾਂ ਪਕੜਿਆ ਸੀ ਉਹਨਾਂ ਨੂੰ ਤਕਲੀਫ ਨਾਲ ਫਿਰ ਵੀ ਨਾ ਦਬੇ ਆਪਣੇ ਰੱਬ ਅੱਗੇ ਤੇ ਨਾ ਜ਼ਾਰੀ ਕਰਦੇ ਨੇ।
ایتھو تیک چے جد کھول دیتا سا انہاں اُتے دروازہ سخت عذاب دا تدوں ہی او اس وچ آس توڑ بیندے نے تے اوہی ہے اللہ جن پیدا کر دتے تانوں کان تے اکھیاں تے دل جو اصل نے بے اوڑک نعمتاں دا بہت تھوڑا شکر کر دیو تے اوہی ہے جن کھلا رہیا تانوں زمین وچ تے اسی والے کٹھے ہونا جے ਉਹੀ ਹੈ ਜਿਹੜਾ ਜਵਾਂਦਾ ਹੈ ਤੇ ਮਾਰਦਾ ਹੈ ਤੇ ਉਸੇ ਦਾ ਕੰਮ ਹੈ ਬਦਲਣਾ ਰਾਤ ਤੇ ਦਿਨ ਦਾ ਕਿਉਂ ਫਿਰ ਸਮਝਦੇ ਨਹੀਂ ਹੋ ਸਗੋਂ ਉਹ ਆਖਿਓ ਨੇ ਜਿਉਂ ਆਖਿਆ ਸੀ ਅਗਲਿਆਂ ਨੇ ਆਖਿਓ ਨੇ ਜਦ ਅਸੀਂ ਮਰ ਚੁੱਕੇ ਤੇ ਹੋ ਗਏ ਖਾਕ ਤੇ ਹੱਡੀਆਂ ਦਾ ਪਿੰਜਰ ਭਲਾ ਅਸੀਂ ਜ਼ਰੂਰ ਜ਼ਿੰਦਾ ਕਰਕੇ ਉਠਾ ਲੈ ਜਾਵਾਂਗੇ ਜ਼ਰੂਰ ਵਾਅਦਾ ਹੋਇਆ ਸੀ ਸਾਡੇ ਪਿਓ ਦਾਦਿਆਂ ਨਾਲ ਵੀ ਇਹੋ ਵਾਅਦਾ ਇਦੋਂ ਪਹਿਲੇ ਨਹੀਂ ਹੈ ਪਰ ਕਹਾਣੀਆਂ ਪਹਿਲੇ ਆਉਂਦੀਆਂ ਤੂੰ ਆਖ ਕਿਸ ਦੀ ਹੈ ਜ਼ਮੀਨ ਤੇ ਜਿਹੜਾ ਉਹਦੇ ਵਿੱਚ ਹੈ ਜੇ ਤੁਸੀਂ ਜਾਣਦੇ ਹੋ ਤੇ ਦੱਸੋ ਹੁਣ ਆਖਣਗੇ ਅੱਲਾ ਦੀ ਤੂੰ ਆਖ ਕਿਉਂ ਫਿਰ ਸੋਚਦੇ ਨਹੀਂ ਹੋ ਤੂੰ ਆਖ ਕੌਣ ਹੈ ਮਾਲਕ ਸੱਤਾਂ ਅਸਮਾਨਾਂ ਦਾ ਤੇ ਮਾਲਕ ਉਸ ਬੜੇ ਅਰਸ਼ ਦਾ ਹੁਣ ਆਖਣਗੇ ਅੱਲਾ ਹੈ ਤੂੰ ਆਖ ਕਿਉਂ ਫਿਰ ਡਰਦੇ ਨਹੀਂ ਹੋ ਤੂੰ ਆਖ ਕੌਣ ਹੈ ਜਿਸ ਦੇ ਹੱਥ ਵਿੱਚ ਬਾਦਸ਼ਾਹੀ ਹੈ ਹਰ ਕਾਸੇ ਦੀ ਤੇ ਉਹ ਬਚਾ ਲੈਂਦਾ ਹੈ ਤੇ ਕੋਈ ਹੋਰ ਨਹੀਂ ਬਚਾ ਸਕਦਾ ਜੇ ਤੁਸੀਂ ਜਾਣਦੇ ਹੋ ਹੁਣ ਆਖਣਗੇ ਅੱਲਾ ਹੈ ਤੂੰ ਆਖ ਫਿਰ ਕਿਧਰੋਂ ਧੋਖਾ ਖਾਂਦੇ ਹੋ ਸਗੋਂ ਪਹੁੰਚਾਈ ਐਸਾ ਉਹਨਾਂ ਨੂੰ ਸੱਚੀ ਗੱਲ ਤੇ ਉਹ ਜ਼ਰੂਰ ਝੂਠੇ ਨੇ ਨਹੀਂ ਪਕੜੀ ਅੱਲਾ ਨੇ ਕੋਈ ਔਲਾਦ ਤੇ ਨਾ ਹੀ ਉਹਦੇ ਨਾਲ ਕੋਈ ਦੂਜਾ ਮਾਬੂਦ ਹੈ ਅਗਰ ਇੰਜ ਹੁੰਦਾ ਤਦ ਹਰ ਖੁਦਾ ਆਪਣੀ ਪੈਦਾ ਕੀਤੀ ਚੀਜ਼ ਲੈ ਕੇ ਅਲੱਗ ਹੋ ਜਾਂਦਾ ਤੇ ਫਿਰ ਉਹ ਮਾਬੂਦ ਇੱਕ ਦੂਜੇ ਤੇ ਚੜ ਦੌੜਦੇ ਬੇਅਹਿਬ ਅੱਲਾ ਉਸ ਗੱਲੋਂ ਜੋ ਬਿਆਨ ਕਰਦੇ ਨੇ ਜਾਣਨ ਵਾਲਾ ਗੈਬ ਤੇ ਜ਼ਾਹਿਰ ਦਾ ਸੋ ਉਹ ਬਹੁਤ ਉੱਚਾ ਹੈ ਉਸ ਨਾਲੋਂ ਜਿਸ ਨੂੰ ਸ਼ਰੀਕ ਬਣਾਉਂਦੇ ਨੇ ਹਬੀਬ ਤੁਸੀਂ ਆਖੋ ਮੇਰੇ ਰੱਬਾ ਜੇ ਤੂੰ ਵਿਖਾਈ ਮੇਰੀ ਹਯਾਤੀ ਵਿੱਚ ਜੋ ਵਾਅਦਾ ਮਿਲਦਾ ਨੇ ਅਜ਼ਾਬ ਦਾ ਮੇਰੇ ਰੱਬਾ ਤਾਂ ਨਾ ਕਰੀ ਮੈਨੂੰ ਜ਼ਾਲਮਾਂ ਲੋਕਾਂ ਵਿੱਚ ਸ਼ਾਮਲ ਸਾਡਾ ਜ਼ਰੂਰ ਵਸ ਚੱਲਦਾ ਹੈ ਜੋ ਅਸੀਂ ਵਿਖਾ ਦਈਏ ਜੋ ਉਹਨਾਂ ਨੂੰ ਧਮਕੀ ਦਿੰਦੇ ਹਾਂ ਇਹ ਹਬੀਬ ਬੁਰੀ ਗੱਲ ਦੇ ਜਵਾਬ ਵਿੱਚ ਉਹ ਆਖੋ ਜਿਹੜੀ ਬਿਹਤਰ ਹੈ ਅਸੀਂ ਖੂਬ ਜਾਣਦੇ ਹਾਂ ਜੋ ਬਿਆਨ ਕਰਦੇ ਨੇ ਤੇ ਆਖੋ ਮੇਰੇ ਰੱਬਾ ਮੈਂ ਤੇਰੀ ਪਨਾਹ ਮੰਗਣਾ ਸ਼ੈਤਾਨ ਦੇ ਵਿਸ਼ਵਾਸਾਂ ਸੀ ਮੈਂ ਤੇਰੀ ਪਨਾਹ ਵਿੱਚ ਆਇਆ ਹਾਂ ਮੇਰੇ ਰੱਬਾ ਇਸ ਤੋਂ ਜੋ ਉਹ ਵਿਸ਼ਵਾਸ ਮੇਰੇ ਕੋਲ ਨਾ ਆਉਣ ਇੱਥੋਂ ਤੀਕ ਜੋ ਜਦ ਆਵੇਗੀ ਇੱਕ ਉਹਨਾਂ ਦੇ ਨੂੰ ਮੌਤ ਆਖੇਗਾ ਮੇਰੇ ਰੱਬਾ ਦੁਨੀਆਂ ਵਿੱਚ ਮੁੜ ਕੇ ਕੱਲ ਮੈਨੂੰ ਸ਼ਾਇਦ ਮੈਂ ਕਰਾਂ ਕੁਛ ਭਲਿਆਈ ਉਸ ਥਾਂ ਜੋ ਮੈਂ ਛੱਡ ਆਇਆ ਇੰਜ ਨਹੀਂ ਇਹ ਇੱਕ ਗੱਲ ਹੈ ਜੋ ਉਹ ਆਖਦੇ ਰਹਿਣਗੇ ਤੇ ਅੱਗੇ ਉਹਨਾਂ ਦੇ ਇੱਕ ਪਰਦਾ ਹੈ ਉਸ ਦਿਨ ਤੱਕ ਜੋ ਉਠਾਏ ਜਾਣਗੇ ਫਿਰ ਜਦ ਫੂਕ ਵੱਜੇਗੀ ਕਰਨਾ ਵਿੱਚ ਤਦ ਕੋਈ ਸਾਕੇਦਾਰੀਆਂ ਨਹੀਂ ਉਹਨਾਂ ਵਿੱਚ ਉਸ ਦਿਨ ਤੇ ਨਾ ਆਪੇ ਵਿੱਚ ਪੁੱਛਣਗੇ ਇੱਕ ਦੂਜੇ ਨੂੰ ਫਿਰ ਜਿਸਦਾ ਭਾਰਾ ਨਿਕਲਿਆ ਭਾਰ ਅਮਲਾਂ ਦਾ ਸੋ ਉਹ ਹੀ ਨਿਹਾਲ ਹੋਏ ਨੇ ਤੇ ਜਿਸਦਾ ਹੌਲਾ ਨਿਕਲਿਆ ਭਾਰ ਅਮਲਾਂ ਦਾ ਸੋ ਉਹ ਨੇ ਜਿਹਨਾਂ ਘਾਟੇ ਵਿੱਚ ਪਾ ਦਿੱਤੀਆਂ ਜਾਨਾਂ ਆਪਣੀਆਂ ਦੋਜ਼ਖ ਵਿੱਚ ਸਦਾ ਰਹਿਣਗੇ ਭੁੰਨ ਜਾਏਗੇ ਉਹਨਾਂ ਦੇ ਮੂੰਹਾਂ ਨੂੰ ਅੱਗ ਉਹਨਾਂ ਦੇ ਜਬੜੇ ਬਾਹਰ ਨਿਕਲ ਆਉਣਗੇ ਭਲਾ ਤੁਸੀਂ ਉਹ ਲੋਕ ਪੜੀਆਂ ਨਹੀਂ ਸਨ ਜਾਂਦੀਆਂ ਮੇਰੀਆਂ ਆਇਤਾਂ ਤੁਸਾਂ ਅੱਗੇ ਫਿਰ ਤੁਸੀਂ ਉਹਨਾਂ ਨੂੰ ਝੁਠਲਾਉਂਦੇ ਸਾਓ ਆਖਿਓ ਨੇ ਸਾਡੇ ਰੱਬਾ ਜ਼ੋਰ ਕਰ ਗਈ ਸੀ ਅਸਾਂ ਉੱਤੇ ਬਦਬਖਤੀ ਸਾਡੀ ਤੇ ਰਹੇ ਅਸੀਂ ਲੋਕ ਭੁੱਲੇ ਸਾਡੇ ਰੱਬਾ ਕੱਢ ਸਾਨੂੰ ਇੱਥੋਂ ਫਿਰ ਜੇ ਅਸਾਂ ਮੁੜ ਕੇ ਕੀਤਾ ਤਾਂ ਜ਼ਰੂਰ ਅਸੀਂ ਜ਼ਾਲਮ ਹਾਂ ਅੱਲਾ ਫਰਮਾਇਆ ਦੁਰਕਾਰੇ ਰਹੋ ਇਸ ਵਿੱਚ ਤੇ ਮੇਰੇ ਨਾਲ ਨਾ ਬੋਲੋ ਇਉਂ ਗੱਲ ਹੈ ਇੱਕ ਟੋਲਾ ਸੀ ਮੇਰੇ ਬੰਦਿਆਂ ਵਿੱਚੋਂ ਜਦ ਆਖਦੇ ਸਨ ਸਾਡੇ ਰੱਬਾ ਅਸਾਂ ਮੰਨਿਆ ਹੈ ਸੋ ਬਖਸ਼ ਤੁਹਾਨੂੰ ਤੇ ਮਿਹਰ ਕਰ ਅਸਾਂ ਉੱਤੇ ਤੇ ਤੂੰ ਚੰਗਾ ਸਭ ਮਿਹਰਬਾਨਾਂ ਤੋਂ ਫਿਰ ਤੁਸਾਂ ਬਣਾਇਓ ਜੇ ਉਹਨਾਂ ਨੂੰ ਮਾਹੌਲ ਇੱਥੋਂ ਤੀਕ ਜੇ ਉਹਨਾਂ ਦੀ ਜ਼ਿੱਦ ਨੇ ਭੁਲਾ ਦਿੱਤੀ ਤੁਹਾਨੂੰ ਯਾਦ ਮੇਰੀ ਤੇ ਤੁਸੀਂ ਉਹਨਾਂ ਉੱਤੇ ਹੱਸਦੇ ਰਹੇ ਮੈਂ ਜ਼ਰੂਰ ਬਦਲਾ ਦਿੱਤਾ ਉਹਨਾਂ ਨੂੰ ਅੱਜ ਉਹਨਾਂ ਦੇ ਸਹਿੰਦਿਆਂ ਰਹਿਣੇ ਦਾ ਜ਼ਰੂਰ ਉਹ ਹੀ ਨੇ ਮੁਰਾਦ ਪਾਉਣੇ ਵਾਲੇ ਫਿਰ ਅੱਲਾ ਫਰਮਾਏਗਾ ਕਿਤਨਾ ਠਹਿਰੇ ਹੋ ਜ਼ਮੀਨ ਵਿੱਚ ਵਰਿਆਂ ਦੀ ਗਿਣਤਰੀ ਨਾਲ ਕਿਉਂ ਨਹੀਂ ਠਹਿਰੇ ਅਸੀਂ ਇੱਕ ਦਿਨ ਜਾਂ ਕੁਝ ਹਿੱਸਾ ਦਿਨ ਦਾ ਸੋ ਪੁੱਛ ਲਓ ਗਿਣਨ ਵਾਲਿਆਂ ਨੂੰ ਫਰਮਾਇਆ ਨਹੀਂ ਠਹਿਰੇ ਤੁਸੀਂ ਪਰ ਥੋੜ੍ਹਾ ਕਾਸ਼ ਜੇ ਕਦੇ ਤੁਸੀਂ ਜਾਣਦੇ ਹੁੰਦੇ ਉਦੋਂ ਭਲਾ ਫਿਰ ਗੁਮਾਨ ਕੀਤਾ ਜੇ ਭਾਈ ਅਸਾਂ ਪੈਦਾ ਕੀਤਾ ਤੁਹਾਨੂੰ ਐਵੇਂ ਕਿਵੇਂ ਤੇ ਤੁਸਾਂ ਸਾਡੇ ਵੱਲ ਮੁੜ ਕੇ ਨਹੀਂ ਆਉਣਾ ਸੋ ਬਹੁਤ ਉੱਚਾ ਅੱਲਾ ਬਾਦਸ਼ਾਹ ਸੱਚਾ ਉਸ ਬਿਨ ਕੋਈ ਪੂਜਾ ਦੇ ਲਾਇਕ ਨਹੀਂ ਮਾਲਕ ਸੋਹਣੇ ਤਖਤ ਦਾ ਜਿਹੜਾ ਸੱਦੇ ਨਾਲ ਅੱਲਾ ਦੇ ਦੂਸਰੇ ਮਾਬੂਦ ਨੂੰ ਜਿਸ ਦੀ ਉਹਦੇ ਕੋਲ ਕੋਈ ਦਲੀਲ ਨਹੀਂ ਸੋ ਉਸ ਦਾ ਲੇਖਾ ਹੈ ਉਹਦੇ ਰੱਬ ਕੋਲ ਇਉਂ ਗੱਲ ਹੈ ਜੋ ਮੁਰਾਦ ਨਹੀਂ ਪਾਉਂਦੇ ਬੇਈਮਾਨ ਹਬੀਬ ਤੁਸੀਂ ਆਖੋ
میرے ربا پردہ ٹک تے مہر کر تے تو چنگا سب مہر کرن والے تھی.